ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰੂੰਗੀ ਵੀ ਅਸੀਂ ਕਿਤੇ ਜਾਈਏ ਆਈਏ, ਸਾਡੇ ਬਾਰੇ ਕੋਈ ਕੁਛ ਨਾ ਬੋਲਿਆ ਕਰੋ, ਸਾਨੂੰ ਸਕੂਨ ਨਾਲ ਰਹਿ ਲੈਣ ਦਿਓ। ਸਕੂਨ ਤਾਂ ਸਾਡਾ ਪਰਮਾਤਮਾ ਨੇ ਖੋਲਿਆ, ਹੁਣ ਅਸੀਂ ਦੋਨੇ ਜੀ ਹਾਂ, ਅਸੀਂ ਦੋਨੇ ਜੀ ਵੀ ਨਹੀਂ ਸਕੂਨ ਨਾਲ ਰਹਿ ਸਕਦੇ। ਖਬਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ, ਲਾਈ ਜਾਓ, ਅਸੀਂ ਤੁਹਾਨੂੰ ਰੋਕਿਆ ਨਹੀਂ, 7 ਮਹੀਨੇ ਹੋ ਗਏ, ਪਰ ਜਿਹੜੀ ਕੋਈ ਸੀਕ੍ਰੇਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੇਟ ਰੱਖਿਆ ਕਰੋ। ਅਸੀਂ ਤਾਂ ਜ਼ਿੰਦਗੀ 'ਚ ਵੀ ਨਹੀਂ ਸੋਚਿਆ ਸੀ ਕਦੇ ਕਿਸੇ ਦਾ ਮਾੜਾ, ਵੀ ਜਾਂ ਕੋਈ ਇਹੋ ਜਿਹਾ ਟਾਈਮ ਆਊਗਾ ਸਾਡੇ 'ਤੇ ਜਿਹੜੇ ਅਸੀਂ 3 ਜਣੇ ਤਿੰਨੋਂ ਵੱਖ ਵੱਖ ਹੋ ਗਏ। ਸੋਸ਼ਲ ਮੀਡੀਆ ਦੀ ਬਦੌਲਤ ਸਾਡਾ ਜਵਾਕ ਸਾਡੇ ਕੋਲੋਂ ਗਿਆ। ਜੇ ਬਲਤੇਜ ਪੰਨੂ ਐਡਾ ਸਮਝਦਾਰ ਅਤੇ ਇੰਨੀ ਦੁਨੀਆ ਉਹਦੇ 'ਤੇ ਮਾਣ ਕਰਦੀ ਸੀ, ਪੰਜਾਬ ਦਾ ਮਾਣ ਹੈ ਉਹ, ਪੰਜਾਬ ਸਰਕਾਰ ਦਾ, ਪੰਜਾਬ ਦਾ ਤਾਂ ਕਾਹਦਾ, ਸਾਡਾ ਤਾਂ ਅਸੀਂ ਤਾਂ ਹੁਣ ਲਾਹਣਤ ਹੀ ਪਾਵਾਂਗੇ ਸਾਰੀ ਜ਼ਿੰਦਗੀ ਜਿੰਨਾ ਚਿਰ ਜਿਉਂਦੇ ਰਹਾਂਗੇ। ਪਰ ਉਹਨੇ ਸਾਡੇ ਬੱਚੇ ਦੀ ਸਿਕਿਉਰਿਟੀ ਲੀਕ ਕਰਕੇ ਸਾਡਾ ਪੁੱਤ ਸਾਡੇ ਹੱਥੋਂ ਖੋਲਿਆ। ਹੁਣ ਉਹਦੇ ਪਾਪਾ ਨੇ ਵਿਚਾਰੇ, ਉਹਦੇ ਜਿਹੜੇ ਪਾਏ ਹੋਏ ਰਾਹਾਂ 'ਤੇ ਚੱਲ ਰਹੇ ਨੇ, ਉਹਦਾ ਕੰਮ ਧੰਦਾ ਸਵਾਰਨ ਦੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਰੋਜ਼ ਹੀ ਜਾਣਾ ਪਿਆ ਕਰੂਗਾ। ਹੁਣ ਇਹਦਾ ਮਤਲਬ ਇਹ ਥੋੜ੍ਹੀ ਹੈਗਾ ਵੀ ਤੁਸੀਂ ਜਾ ਕੇ ਉੱਥੇ ਦੁਨੀਆ ਦੇ ਸਾਹਮਣੋਂ ਕੀ ਮੰਗਦੇ ਹੋ ਸਾਡੇ ਤੋਂ? ਅਸੀਂ ਤਾਂ ਬਹੁਤ ਕੁਛ ਗਵਾ ਚੁੱਕੇ ਹਾਂ, ਸਾਡੇ ਕੋਲ ਤਾਂ ਹੁਣ ਹੈ ਹੀ ਕੱਖ ਨਹੀਂ ਰਿਹਾ। ਹਾੜੇ ਮੇਰੇ ਵੀਰ, ਇਹਨਾਂ ਹਰਕਤਾਂ ਤੋਂ ਬਾਹਰ ਜਾਓ, ਖਬਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ, ਲਾਈ ਜਾਓ, ਅਸੀਂ ਤੁਹਾਨੂੰ ਰੋਕਿਆ ਨਹੀਂ, 7 ਮਹੀਨੇ ਹੋ ਗਏ, ਪਰ ਜਿਹੜੀ ਕੋਈ ਸੀਕ੍ਰੇਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੇਟ ਰੱਖਿਆ ਕਰੋ। ਬਾਕੀ ਪ੍ਰਸ਼ਾਸਨ ਨਾਲ ਸਾਨੂੰ ਕੋਈ ਗਿਲਾ ਨਹੀਂ, ਵਿਚਾਰੇ ਲੱਗ ਰਹੇ ਨੇ ਕੰਮ ਕਰਨ, ਆਪਾਂ ਤਾਂ ਕਹਿੰਦੇ ਹਾਂ ਵਧੀਆ ਚੰਗਾ ਮਾਹੌਲ ਦੇਣ ਸਾਡੇ ਬੱਚੇ ਨੇ ਜਿਹੜੇ। ਹੁਣ ਰੋਜ਼ ਸੁਣਦੇ ਹਾਂ ਫੇਸਬੁੱਕ 'ਤੇ, ਰੇਡੀਓ 'ਤੇ ਰੋਜ਼ ਆਈ ਜਾਂਦੇ ਨੇ, ਅੱਜ ਫਲਾਣੇ ਥਾਂ ਮਰ ਗਿਆ, ਅੱਜ ਧਮਕੇ ਥਾਂ ਮਰ ਗਿਆ। ਕਿੰਨਾ ਕੁ ਚਿਰ ਸਾਡੇ ਬੱਚੇ ਮਰੀ ਜਾਣਗੇ? ਕਿਉਂ ਨਹੀਂ ਮਾਹੌਲ ਸਮਾਰਦੇ? ਜੇ ਮਾਹੌਲ ਠੀਕ ਦੇਣਗੇ ਫੇਰ ਹੀ ਹੈ। ਚੰਦ ਪੈਸਿਆਂ ਦੀ ਖਾਤਰ ਸਾਰਾ ਕੁਛ ਕਰੀ ਜਾਂਦੇ ਨੇ ਲੋਕ, ਪੈਸਾ ਸਾਰਾ ਥੋੜ੍ਹਾ ਪੈਸਾ ਨਾਲ ਜਾਂਦਾ। ਪੈਸਾ ਤਾਂ ਸੁਖਦੀਪ ਨੇ ਬਥੇਰਾ ਕਮਾਇਆ ਸੀ, ਨਾਲ ਵੱਗ ਗਿਆ ਉਹਦੇ, ਜਾਂ ਅਸੀਂ, ਸਾਡੇ ਕਿਹੜਾ ਨਾਲ ਵੱਗ ਜੂ, ਹੋਰ ਕਿਹੜਾ ਕਿਸੇ ਦੇ ਨਾਲ ਵੱਗ ਜੂ, ਪੈਸਾ ਕਿਸੇ ਦੇ ਨਾਲ ਨਹੀਂ ਜਾਂਦਾ। ਜੇ ਸੁਖਦੀਪ ਨੇ ਕੋਈ ਚੰਗਿਆਈ ਖੱਟੀ ਸੀ ਤਾਂ ਤੁਸੀਂ ਅੱਜ 7 ਮਹੀਨੇ ਹੋ ਗਏ, ਤੁਸੀਂ ਉਹਨੂੰ ਯਾਦ ਕਰਦੇ ਹੋ, ਕਰਦੇ ਰਹੋਗੇ।